ਇਹ ਜੀ ਸ਼ਾਹਬਾਦ ਦੇ ਕੋਲ ਹੋਇਆ ਗਿਆ ਸੀ, ਅਤੇ ਉਹ ਆਪਣੀ ਸਾਈਡ 'ਤੇ ਖੜ੍ਹੇ ਸੀ, ਉਹ ਗੱਡੀ ਆ ਕੇ ਮੁੰਡੇ ਨੇ ਸਿੱਧੀ ਮਾਰਤੀ ਦੂਜੇ ਸਾਈਡ ਆ। ਕੀ ਨਾਮ ਮੁੰਡੇ ਜੀ ਦੀ ਮੌਤ ਹੋਈ ਜੀ? ਤੁਸੀਂ ਜਸਵੀਰ ਸਿੰਘ ਜੀ। ਕੀ ਕੰਮ ਕਰਦਾ ਜੀ? ਉਹ ਖੇਤੀਬਾੜੀ ਦਾ ਕੰਮ। ਕਿਹੜੇ ਪਿੰਡ ਦੇ ਹੈਗੇ? ਲੱਖੋ ਰਾ ਦੇ ਜੀ। ਉਹ ਡੇਅਰੀ ਦੇ ਆਏ ਸੀ ਜੀ। ਅੱਛਾ ਜੀ। ਸਾਹਮਣੇ ਡੇਅਰੀ ਆ, ਉੱਥੇ ਐਕਸੀਡੈਂਟ ਹੋਇਆ। ਤੁਹਾਡੇ ਕੀ ਲੱਗ ਜੀ? ਮੇਰਾ ਬ੍ਰਦਰ ਸੀ ਜੀ। ਪਰਿਵਾਰ 'ਚ ਕੌਣ ਕੌਣ ਉਹਨਾਂ ਦੇ ਹੈਗਾ? ਹਾਂਜੀ, ਉਹਨਾਂ ਦੇ ਪਰਿਵਾਰ 'ਚ ਕੌਣ ਕੌਣ ਜਿਹਨਾਂ ਦੀ ਡੈਥ ਹੋਈ ਹੈ? ਉਹਨਾਂ ਦਾ ਬੇਟਾ ਹੈ, ਬੇਟੀ ਹੈ, ਵਾਈਫ ਹੈ ਉਹਨਾਂ ਦੀ, ਬਾਕੀ ਭਰਾ ਨੇ ਉਹਨਾਂ ਦੇ। ਟ੍ਰੀਟਮੈਂਟ ਸ਼ੁਰੂ ਕਰਤਾ ਸੀ, ਬਟ ਇਲਾਜ ਦੇ ਦੌਰਾਨ ਜਿਹੜੇ ਪੇਸ਼ੈਂਟ ਐਕਸਪਾਇਰ ਕਰ ਜੀ ਡੀ ਰੋਡ 'ਤੇ ਹੋਇਆ ਜੀ। ਇਹਦੇ ਵਿੱਚ ਕਾਰ ਚਾਲਕੀ ਦਾ ਰਾਜ ਕਵਰ ਸਿੰਘ, ਉਹਦੀ ਕਾਰ ਵੱਜੀ ਹੈ ਮੋਟਰਸਾਈਕਲ 'ਚ, ਮੋਟਰਸਾਈਕਲ ਚਾਲਕ ਜਸਵੀਰ ਸਿੰਘ ਦੀ ਜਿਹੜੀ ਆ ਮੌਤ ਹੋ ਗਈ ਆ ਜੀ, ਐਕਸੀਡੈਂਟ ਹੋਣ ਕਾਰਨ, ਜਿਹਦਾ ਸਿਵਲ ਹਸਪਤਾਲ ਥਰਡ ਪਾਰਟੀ ਜਮ੍ਹਾਂ ਕਰਵਾ ਕੇ ਅਤੇ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋ ਰਹੀ ਹੈ ਜੀ। ਅਤੇ ਮ੍ਰਿਤਕ ਆ ਇਹਦੇ ਹੈਗਾ ਲੱਖੋਰਾ ਪਿੰਡ ਦਾ ਜੀ, ਉਹ 55 ਸਾਲ ਦੇ ਕਰੀਬ ਦੀ ਉਮਰ ਆ ਜੀ। ਇਹ ਮੋਟਰਸਾਈਕਲ 'ਤੇ ਆਪਣੇ ਪਿੰਡ ਤੋਂ ਸ਼ਾਹਬਾਦ ਡੇਅਰੀ 'ਚ ਦੁੱਧ ਦੇਣ ਆ ਰਿਹਾ ਸੀ ਜੀ।